ਉਹਨੂੰ ਫੜਾ ਦੇ ਮਾੜੀ ਟ੍ਰੇਨ ਨੂੰ ਫੜਾ ਦੇ ਤਾਂ ਯਾਨੀ ਕਿ 6-7 ਕਿੱਲਾਂ ਦਾ ਠੇਕਾ ਲੱਗਦਾ ਸੀ ਟੀਵੀ ਤੇ ਵੀਸੀਆਰ ਚ ਸਮਾਂ ਪੈਂਦਾ ਗਿਆ ਜਿਹੜੀ ਉਹਦੇ ਚ ਰੀਲ ਪੈਣ ਵਾਲੀ ਸੀ ਉਹ ਵੀ 300 ਦੀ ਹੁੰਦੀ ਸੀ ਜਿਹੜੀ ਉਹਦੇ ਚ ਕੈਸਟ ਪੈਂਦੀ ਸੀ ਸਮਾਂ ਬੀਤਦਾ ਗਿਆ ਅੱਜ ਉਹ ਜਿਹੜਾ ਟੀਵੀ ਹੈ ਜਿਹੜਾ ਉਦੋਂ ਰੰਗੀਨ ਟੀਵੀ ਸੀ ਅੱਜ ਉਹ ਸਾਰਾ ਸੱਤ ਕੁਝ ਆਪਦਾ ਆ ਜਾਂਦਾ ਜਿਹੜਾ ਵੀਸੀਆਰ ਦੀ ਥਾਂ ਤੇ ਆ ਸੀਡੀ ਪਲੇਅਰ ਆ ਗਏ ਉਹ ਵੀ ਸਾਰੇ 1500-2000 ਦਾ ਆ ਜਾਂਦਾ ਕੀ ਵਜ੍ਹਾ ਵੀ ਚਾਹ ਪੱਤੀ ਸਸਤੀ ਹੋਈ ਖੰਡ ਸਸਤੀ ਹੋਈ ਲੀੜਾ ਕੱਪੜਾ ਜੁੱਤੀਆਂ ਸਸਤੀਆਂ ਹੋਈਆਂ ਟਰੈਕਟਰ ਮੋਟਰਸਾਈਕਲ ਖਾਦਾਂ ਸਪਰੇਆਂ ਸਸਤਾ ਹੋਇਆ ਕੁਛ ਨਹੀਂ ਸਸਤਾ ਹੋਇਆ ਫਿਰ ਟੀਵੀ ਕਿਉਂ ਸਸਤਾ ਹੋ ਗਿਆ ਜਿਹੜੀ ਉਹਦੇ 300 ਦੀ ਰੀਲ ਪੈਂਦੀ ਸੀ ਅੱਜ ਉਹ 10 ਰੁਪਈਆਂ ਦੀ ਮਿਲ ਜਾਂਦੀ ਸੀਡੀ ਕਿਉਂ ਹੁਣ ਤਾਂ ਉਦੋਂ ਵੀ ਗੱਲ ਗਈ ਤੁਹਾਡੇ ਮੋਬਾਈਲ 'ਚ ਹੀ ਸਾਰਾ ਕੁਛ 300 ਰੁਪਈਏ ਦਾ ਡਾਟਾ ਪਵਾਓ ਫਿਲਮਾਂ ਵੇਖੋ ਨਾਟਕ ਵੇਖੋ ਜੋ ਮਰਜ਼ੀ ਜੇ ਵੇਖੋ ਉਹ 300 ਲਾਉਣ ਦੀ ਵੀ ਲੋੜ ਨਹੀਂ ਉਹ 20,000 ਲਾਉਣ ਦੀ ਵੀ ਲੋੜ ਨਹੀਂ ਤਾਂ ਇਹ ਸਾਰਾ ਕੁਛ ਸਿਰਜਿਆ ਕਿਉਂ ਗਿਆ ਕਿਉਂਕਿ ਸਾਨੂੰ ਆਪਦੀ ਮਰਜ਼ੀ ਅਨੁਸਾਰ ਉਹਨਾਂ ਨੇ ਢਾਲਣਾ ਸੀ ਸਾਨੂੰ ਆਪਦੀ ਮਰਜ਼ੀ ਅਨੁਸਾਰ ਉਹਨਾਂ ਨੇ ਬਣਾਉਣਾ ਸੀ ਇਸ ਕਰਕੇ ਇਹ ਸਾਰਾ ਜਿਹੜਾ ਪ੍ਰਪੰਚ ਰਚਿਆ ਗਿਆ ਆਪਦੀ ਮਰਜ਼ੀ ਦਾ ਖਵਾਇਆ ਮਰਜ਼ੀ ਦਾ ਪਵਾਇਆ ਮਰਜ਼ੀ ਦਾ ਵਿਖਾਇਆ ਜਿਹਦੇ ਕਰਕੇ ਅੱਜ ਜਿਹੜਾ ਹੈ ਇੱਥੇ ਲੱਖਾਂ ਲੋਕਾਂ 'ਚ ਤੁਸੀਂ ਇੰਨੇ ਕੁ ਬੈਠੇ ਹੋ ਉਹਨਾਂ ਦਾ ਦਿਮਾਗ ਹੈ ਜਿਹੜਾ ਨਵੇਂ ਨੌਜਵਾਨਾਂ ਦਾ ਉਹ ਦਿਮਾਗ ਹੈ ਜਿਹੜਾ ਉਹ ਮਤਲਬ ਇੱਕਦਮ ਸੁੰਨ ਕਰ ਦਿੱਤਾ ਹੋਇਆ ਲੜਾਈ ਬਾਰੇ ਉਹ ਸੋਚਦੇ ਹੀ ਨਹੀਂ ਗਏ ਲੜਨ ਬਾਰੇ ਉਹ ਵਿਚਾਰ ਹੀ ਨਹੀਂ ਕਰਦੇ ਇਹ ਜਿਹੜਾ ਮੋਬਾਈਲ ਦੀ ਦੇਣ ਹੈ ਜਿਹੜਾ ਉਹਨਾਂ ਨੇ ਸਾਡੇ ਉੱਤੇ ਪ੍ਰਭਾਵ ਪਾਇਆ ਮੋਬਾਈਲ ਨੇ ਉਹਦੀ ਦੇਣ ਤਾਂ ਇਹ ਗੱਲ ਮੈਂ 1000ਵੇਂ ਦਾ ਕਹੀਏ ਕਿ ਕਿਸੇ ਛੋਟੇ ਫਰੂਟ ਨੂੰ ਮੈਂ ਕਿੰਨੀ ਵਾਰ ਕਿਹਾ ਵੀ ਕੱਦੂ ਹੈ ਨਾ ਜਿਹੜਾ ਕੱਦੂ ਅਸੀਂ ਵੀ ਤਜਰਬਾ ਕੀਤਾ ਉਹ ਸਪਰੇਅ ਵਾਲੀ ਬੋਤਲ ਕੱਦੂ ਦੇ ਉੱਤੇ ਚੜ੍ਹਾਤੀ ਨਿਕਾ ਜਿਹਾ ਸੀ ਇਹ ਯੂਟਿਊਬ 'ਤੇ ਤਜਰਬਾ ਵੇਖਿਆ ਸੀ ਚਾਈਨਾ ਦੇ ਕਿਸਾਨਾਂ ਨੇ ਕੀਤਾ ਸੀ ਤਾਂ ਜਿਹੜਾ ਉਹ ਕੱਦੂ ਸੀ ਵੱਡਾ ਹੋ ਕੇ ਉਹ ਬੋਤਲ ਵਰਗਾ ਹੀ ਬਣ ਗਿਆ ਲੰਮਾ ਜਿਹਾ ਜੇ ਜੀ ਬੋਤਲ ਉਹਦੇ ਸਪਰੇਅ ਵਾਲੀ ਚੜ੍ਹਾਈ ਸੀ ਉਹ ਜਿਹਾ ਕੱਦੂ ਬਣ ਗਿਆ ਹੁਣ ਜੇ ਉਹ ਬੋਤਲ ਉਹਦੇ ਉੱਤੇ ਨਾ ਚੜ੍ਹਾਈ ਹੁੰਦੀ ਤਾਂ ਫਿਰ ਕੱਦੂ ਭਲਾ ਕਿਹੋ ਜਿਹਾ ਹੁੰਦਾ ਗੋਲ ਜਿਹੜਾ ਹੁੰਦਾ ਪਰ ਉਹ ਜਿਹੜੀ ਬੋਤਲ ਉੱਤੇ ਚੜ੍ਹਾਈ ਸੀ ਉਹਨੇ ਮਜਬੂਰ ਕੀਤਾ ਵੀ ਤੂੰ ਗੋਲ ਨਹੀਂ ਹੋਣਾ ਜੇ ਜੀ ਮੈਂ ਆ ਤੂੰ ਉਹ ਜਿਹਾ ਬਣਨਾ ਹੈ ਅਤੇ ਕੱਦੂ ਨੂੰ ਉਹ ਜਿਹਾ ਬਣਨਾ ਪਿਆ ਕਿਉਂਕਿ ਉਹ ਇੰਨਾ ਜ਼ੋਰ ਨਹੀਂ ਸੀ ਹੈਗਾ ਵੀ ਉਹ ਬੋਤਲ ਨੂੰ ਤੋੜ ਕੇ ਬਾਹਰ ਨਿਕਲ ਆਵੇ ਜਿਹੜੇ ਸਾਡੇ ਨੌਜਵਾਨ ਨੇ ਇਹਨਾਂ 'ਚ ਇੰਨਾ ਦਮ ਨਹੀਂ ਹੈਗਾ ਕਿ ਫੇਸਬੁੱਕ ਯੂਟਿਊਬ ਟਵਿੱਟਰ ਨੂੰ ਤੋੜ ਕੇ ਬਾਹਰ ਨਿਕਲ ਜਾਣ ਤਾਂ ਇਹ ਫਿਰ ਆਕਾਰ ਉਹ ਜਿਹਾ ਲੈ ਰਹੇ ਨੇ ਜੇ ਜਾ ਉਹ ਚਾਹੁੰਦੇ ਨੇ ਜੋ ਉਹ ਚਾਹੁੰਦੇ ਨੇ ਉਹੋ ਜਿਹੀਆਂ ਫਿਲਮਾਂ ਉਹੋ ਜਿਹੀਆਂ ਵੀਡੀਓ ਉਹ ਸਾਰਾ ਵੇਂਦੇ ਨੇ ਉਹ ਜੇ ਬਣਦੇ ਨੇ ਜੇ ਜਾ ਉਹ ਫੇਸਬੁੱਕ ਵਾਲਾ ਬੇਲੀ ਚਾਹੁੰਦਾ ਵੀ ਇਹ ਜਾ ਵੇਖੋ ਅਤੇ ਇਹ ਜਾ ਬਣੋ ਇਹੀ ਵਜ੍ਹਾ ਹੈ ਕਿ ਸਾਡੇ ਅੱਜ ਨੌਜਵਾਨਾਂ ਦੀ ਗਿਣਤੀ ਜੰਗ ਦੇ ਵਿੱਚ ਘਟੀ ਹੈ ਲੋੜ ਤਾਂ ਇਹਨਾਂ ਦੀ ਸੀ ਜ਼ਿਆਦੀ ਜੰਗ ਤਾਂ ਇਹਨਾਂ ਲੜਨੀ ਸੀ ਪਰ ਉਹ ਜੰਗ ਅੱਜ ਵੱਡੀ ਗਿਣਤੀ 'ਚ ਬਜ਼ੁਰਗਾਂ ਨੂੰ ਲੜਨੀ ਪੈ ਰਹੀ ਬੇਸ਼ੱਕ ਨੌਜਵਾਨਾਂ ਦੀ ਗਿਣਤੀ ਵਧੀ ਹੈ ਨੌਜਵਾਨ ਆਏ ਨੇ ਪਰ ਫਿਰ ਵੀ ਇਹਦੇ ਬਾਵਜੂਦ ਜਿੰਨੇ ਨੌਜਵਾਨਾਂ ਦੀ ਇਹਦੇ 'ਚ ਲੋੜ ਸੀ ਉਹਨੇ ਨੌਜਵਾਨ ਇਹਦੇ 'ਚ ਸ਼ਾਮਲ ਨਹੀਂ ਹੋਏ ਪਰ ਚਲੋ ਮੈਂ ਕੱਲ੍ਹ ਵੀ ਇਹੀ ਗੱਲ ਕਰਦਾ ਪਿਆ ਸੀ ਕੱਲ੍ਹ ਅਸੀਂ ਅੰਮ੍ਰਿਤਸਰ ਵੀ ਗਏ ਸੀ ਉੱਥੇ ਇੱਕ ਪ੍ਰੋਗਰਾਮ ਸੀ ਲੜਨਾ ਸਾਰਿਆਂ ਦੇ ਨਸੀਬ 'ਚ ਨਹੀਂ ਆਉਂਦਾ ਲੜਨਾ ਸਾਰਿਆਂ ਦੇ ਨਸੀਬ 'ਚ ਨਹੀਂ ਆਉਂਦਾ ਲੱਖਾਂ ਲੋਕਾਂ ਦੇ ਵਿੱਚੋਂ ਕਰੋੜਾਂ ਲੋਕਾਂ ਦੇ ਵਿੱਚੋਂ ਫਾਂਸੀ ਚੜ੍ਹਨ ਵਾਲੇ ਚੰਦ ਬੰਦੇ ਨਿਤਰੇ ਸਾਰਿਆਂ ਦੇ ਹਿੱਸੇ ਫਾਂਸੀ ਚੜ੍ਹਨਾ ਨਹੀਂ ਆ ਸ਼ਹੀਦ ਭਗਤ ਸਿੰਘ ਕਰਤਾਰ ਸਿੰਘ ਸਰਾਭਾ ਸਾਡੇ ਹੋਰ ਗਦਰੀ ਬਾਬੇ ਸਾਡੇ ਹੋਰ ਬੱਬਰ ਅਕਾਲੀ ਬਾਬੇ ਚੰਦ ਲੋਕ ਨੇ ਜਿਨ੍ਹਾਂ ਦੇ ਹਿੱਸੇ ਆਇਆ ਫਾਂਸੀ ਚੜ੍ਹਨਾ ਬਾਕੀਆਂ ਦੇ ਹਿੱਸੇ ਕੀ ਆਇਆ ਖਾਣਾ ਪੀਣਾ ਅਤੇ ਹੱਗਣਾ ਅਤੇ ਇੱਕ ਦਿਨ ਚੇਚਕ ਨਾਲ ਬਿਮਾਰੀ ਨਾਲ ਇੱਥੋਂ ਤੁਰ ਜਾਣਾ ਬਾਕੀਆਂ ਦੇ ਹਿੱਸੇ ਆਏ ਸਾਰਿਆਂ ਦੇ ਹਿੱਸੇ ਆਉਂਦਾ ਹੀ ਨਹੀਂ ਹੈ ਲੜਨਾ ਕਿਉਂਕਿ ਲੜਨ ਵਾਸਤੇ ਹਿੰਮਤ ਦਲੇਰੀ ਇਹ ਸਾਰਾ ਕੁਝ ਲੋੜੀਦਾ ਲੜਨ ਵਾਸਤੇ ਜ਼ਰੂਰੀ ਹੈ ਕਿ ਮਨੁੱਖ ਸੂਰਬੀਰ ਹੋਵੇ
लड़न वास्ते जरूरी है मनुख योद्धा होवे। योद्धे तो बिना सूरबीर तो बिना दलेर तो बिना बहादुर तो बिना मनुख नहीं लड़ सकता। ते दलेरां दी गिनती हमेशा ही घट हुंदी, सूरबीरां दी गिनती हमेशा ही घट हुंदी है। जंगल दे विच चले जाओ, इल्ला का हिरन बड़े फिरदे ने, पर शेरां दी गिनती हर जंगल च ही घट, चीतियां दी गिनती हर जंगल च ही घट है। क्योंकि जिन्ना सुपीरियर चीज है उन्नी ओदी हर जगह ते तादाद घट है। सोने दा रेट सब तो ज्यादा है ना, पर सोने दी तादाद मिट्टी च भी घट है, मिट्टी च भी सोने दी तादाद जड़ी है वो घट है। पर एक एग्जाम्पल मैं तुहानू देना कि चाह पी लीए पहलो, हैं पी लो चाह पी लो, लंगर पानी छक के पहुंचने से आप रात टेंट चालनिया लवा दें साथी आ जाने।